ਸੌਣ ਦੇ ਮਹੀਨੇ ਵਿੱਚ ਜੇਕਰ ਤੁਸੀਂ ਵੀ ਘਰ ਦੇ ਵਿੱਚ ਝੂਲਾ ਲਾਇਆ ਹੈ ਤਾਂ ਆਪਣੇ ਬੱਚਿਆਂ ਦਾ ਧਿਆਨ ਜ਼ਰੂਰ ਰੱਖੋ, ਕਿਉਂਕਿ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸਨੇ ਦਿਲ ਦਹਿਲਾ ਦਿੱਤਾ ਹੈ। ਘਰ ਦੇ ਵਿੱਚ ਹੀ ਝੂਲਾ ਝੂਲਦੀ ਬੱਚੀ ਦੇ ਨਾਲ ਵੱਡਾ ਹਾਦਸਾ ਵਾਪਰਿਆ ਹੈ ਜਿੱਥੇ ਬੱਚੀ ਦੀ ਜਾਨ ਤੱਕ ਚਲੀ ਗਈ ਹੈ। ਦਰਅਸਲ ਬੱਚੀ ਘਰ ਦੇ ਵਿੱਚ ਚੁੰਨੀ ਦੇ ਬਣੇ ਹੋਏ ਝੂਲੇ 'ਚ ਝੂਲ ਰਹੀ ਸੀ ਅਤੇ ਇਸੇ ਦੌਰਾਨ ਹੀ ਇਹ ਚੁੰਨੀ ਬੱਚੀ ਦੇ ਗਲ 'ਚ ਫਸ ਜਾਂਦੀ ਹੈ, ਉਸਦਾ ਦਮ ਘੁੱਟ ਜਾਂਦਾ ਹੈ ਅਤੇ ਥਾਂ ਹੀ ਉਸਦੀ ਜਾਨ ਨਿਕਲ ਜਾਂਦੀ ਹੈ। ਵੱਡੀ ਗੱਲ ਇਹ ਹੈ ਕਿ ਮਾਪੇ ਘਰ 'ਚ ਮੌਜੂਦ ਨਹੀਂ ਹੁੰਦੇ ਹੈ ਅਤੇ ਇਸ ਬੱਚੀ ਦੇ ਭੈਣ ਭਰਾ ਵੀ ਬਹੁਤ ਛੋਟੇ ਸਨ। 11 ਸਾਲ ਦੀ ਮੀਨਾਕਸ਼ੀ ਜੋ ਕਿ ਆਪਣੇ ਘਰ ਦੇ ਵਿੱਚ ਚੁੰਨੀ ਦੇ ਬਣਾਏ ਹੋਏ ਝੂਲੇ 'ਚ ਝੂਲ ਰਹੀ ਸੀ ਅਤੇ ਆਸ ਪਾਸ ਇੱਕ 2 ਸਾਲ ਦਾ ਅਤੇ 2.5 ਸਾਲ ਦੇ ਇਸਦੇ ਭੈਣ ਭਰਾ ਜੋ ਖੇਡ ਰਹੇ ਸਨ, ਜਿਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਹੋਇਆ ਕਿ ਉਹਨਾਂ ਦੀ ਭੈਣ ਦੇ ਨਾਲ ਕੁਛ ਹੋਇਆ। ਜਦੋਂ ਇਹ ਬੱਚੀ ਝੂਲਾ ਝੂਲ ਰਹੀ ਸੀ ਤਾਂ ਗਲੇ ਦੇ ਵਿੱਚ ਚੁੰਨੀ ਫਸਣ ਦੇ ਨਾਲ ਬੱਚੀ ਦਾ ਦਮ ਘੁੱਟ ਗਿਆ, ਜਿਸ ਤੋਂ ਬਚ ਨਹੀਂ ਸਕੀ ਅਤੇ ਥਾਂ ਹੀ ਉਸਦੀ ਜਾਨ ਨਿਕਲ ਗਈ। ਮਾਪਿਆਂ ਨੂੰ ਉਦੋਂ ਪਤਾ ਲੱਗਿਆ ਜਦੋਂ ਮਾਪੇ ਬਾਜ਼ਾਰ ਤੋਂ ਘਰ ਪਹੁੰਚਦੇ ਨੇ ਤਾਂ ਬੱਚੀ ਜ਼ਮੀਨ ਤੇ ਪਈ ਹੁੰਦੀ ਹੈ ਅਤੇ ਫਿਰ ਉਸਨੂੰ ਜਗਾਉਣ ਦੀ ਕੋਸ਼ਿਸ਼ ਕਰਦੇ ਨੇ। ਮਾਪਿਆਂ ਨੂੰ ਲੱਗਦਾ ਹੈ ਕਿ ਸ਼ਾਇਦ ਚੱਕਰ ਖਾ ਕੇ ਬੱਚੀ ਗਿਰ ਗਈ ਹੈ, ਪਰ ਜਦੋਂ ਉਸਨੂੰ ਉਠਾਇਆ ਜਾਂਦਾ ਬੱਚੀ ਨਹੀਂ ਉੱਠਦੀ ਤਾਂ ਫਿਰ ਉਸਨੂੰ ਹਸਪਤਾਲ ਲਿਜਾਇਆ ਜਾਂਦਾ ਜਿੱਥੇ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤ ਐਲਾਨ ਦਿੱਤਾ ਜਾਂਦਾ ਹੈ। ਦਰਅਸਲ ਇਸ ਬੱਚੀ ਦੇ ਮਾਪੇ ਤੀਜ ਦਾ ਸਮਾਨ ਲੈਣ ਦੇ ਲਈ ਬਾਜ਼ਾਰ ਗਏ ਹੋਏ ਸਨ ਅਤੇ ਘਰ ਦੇ ਵਿੱਚ 11 ਸਾਲ ਦੀ ਬੱਚੀ ਤੇ ਇਸਦੇ 2 ਛੋਟੇ ਭੈਣ ਭਰਾ ਮੌਜੂਦ ਸਨ। ਬੱਚੀ ਚੁੰਨੀ ਦੇ ਬਣਾਏ ਹੋਏ ਝੂਲੇ 'ਚ ਝੂਲ ਰਹੀ ਸੀ ਤਾਂ ਉਸਦੇ ਗਲੇ ਦੇ ਵਿੱਚ ਚੁੰਨੀ ਫਸ ਜਾਂਦੀ ਹੈ, ਜਿਸ ਕਰਕੇ ਉਸਦਾ ਸਾਹ ਘੁੱਟ ਜਾਂਦਾ ਹੈ, ਗਲਾ ਘੁੱਟ ਜਾਂਦਾ ਹੈ ਅਤੇ ਉਸਦੀ ਥਾਂ ਹੀ ਜਾਨ ਨਿਕਲ ਜਾਂਦੀ ਹੈ। ਮਾਪੇ ਜਦੋਂ ਘਰ ਪਹੁੰਚਦੇ ਨੇ ਤੇ ਦੇਖਦੇ ਨੇ ਕਿ ਬੱਚੀ ਜ਼ਮੀਨ ਤੇ ਟਿੱਕੀ ਹੋਈ ਹੈ। ਪਿਤਾ ਦੇ ਵੱਲੋਂ ਬੱਚੀ ਨੂੰ ਚੁੱਕ ਕੇ ਮੰਜੇ ਤੇ ਲਟਾਇਆ ਜਾਂਦਾ ਹੈ, ਜਿਸ ਦੀ CCTV ਵੀਡੀਓ ਵੀ ਸਾਹਮਣੇ ਆਈ ਹੈ। ਬੱਚੀ ਨੂੰ ਜਗਾਉਣ ਦੀ ਬੇਹੱਦ ਕੋਸ਼ਿਸ਼ ਕੀਤੀ ਜਾਂਦੀ ਹੈ, ਕਦੀ ਉਸ ਤੇ ਪਾਣੀ ਛਿੜਕਿਆ ਜਾਂਦਾ ਹੈ ਤੇ ਕਦੀ ਉਸਦੇ ਦਿਲ ਦੀ ਧੜਕਣ ਚੈੱਕ ਕੀਤੀ ਜਾਂਦੀ ਹੈ। ਬੱਚੇ ਨੂੰ ਹਰ ਤਰ੍ਹਾਂ ਦੇ ਨਾਲ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਪਿਤਾ, ਪਰ ਜਦੋਂ ਬੱਚੀ ਨਹੀਂ ਉੱਠਦੀ ਤਾਂ ਫਿਰ ਆਸ ਪਾਸ ਦੇ ਗੁਆਂਢੀਆਂ ਨੂੰ ਬੁਲਾਇਆ ਜਾਂਦਾ ਹੈ, ਬੱਚੀ ਨੂੰ ਚੈੱਕ ਕੀਤਾ ਜਾਂਦਾ ਹੈ ਤੇ ਜਦੋਂ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਬੱਚੀ ਕੋਈ ਹਰਕਤ ਨਹੀਂ ਕਰ ਰਹੀ ਹੈ, ਜਿੱਥੇ ਉਸਨੂੰ ਹਸਪਤਾਲ ਲਿਜਾਇਆ ਜਾਂਦਾ ਹੈ ਤੇ ਡਾਕਟਰ ਉਸਨੂੰ ਮ੍ਰਿਤ ਐਲਾਨ ਦਿੰਦੇ ਨੇ। ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਤੇ ਲੁਧਿਆਣਾ ਦੀ ਰਹਿਣ ਵਾਲੀ 11 ਸਾਲਾ ਬੱਚੀ ਮੀਨਾਕਸ਼ੀ ਜੋ 4th ਕਲਾਸ ਦੇ ਵਿੱਚ ਪੜ੍ਹਦੀ ਸੀ ਅਤੇ ਮਾਪੇ ਤੀਜ ਦਾ ਸਮਾਨ ਲੈਣ ਦੇ ਲਈ ਬਾਜ਼ਾਰ ਗਏ ਸਨ, ਘਰ ਦੇ ਵਿੱਚ ਝੂਲਾ ਝੂਲ ਰਹੀ ਸੀ, ਚੁੰਨੀ ਦਾ ਝੂਲਾ ਬਣਾਇਆ ਹੋਇਆ ਸੀ ਤੇ ਇਸੇ ਚੁੰਨੀ ਦੇ ਨਾਲ ਉਸਦਾ ਗਲ ਘੁੱਟਿਆ ਜਾਂਦਾ ਹੈ, ਫਾਹਾ ਲੱਗ ਜਾਂਦਾ ਹੈ, ਜਿਸ ਕਰਕੇ ਬੱਚੀ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਭੈਣ ਭਰਾ ਬੇਹੱਦ ਛੋਟੇ ਸਨ, ਜਿਨ੍ਹਾਂ ਨੂੰ ਪਤਾ ਨਹੀਂ ਲੱਗਦਾ ਕਿ ਉਹਨਾਂ ਦੀ ਭੈਣ ਦੇ ਨਾਲ ਕੀ ਹੋਇਆ। ਮਾਪੇ ਘਰ ਪਹੁੰਚਦੇ ਨੇ ਤਾਂ ਬੱਚੀ ਜ਼ਮੀਨ ਤੇ ਡਿੱਗੀ ਹੁੰਦੀ ਹੈ ਤੇ ਮਾਪਿਆਂ ਨੂੰ ਲੱਗਦਾ ਹੈ ਕਿ ਸ਼ਾਇਦ ਚੱਕਰ ਖਾ ਕੇ ਡਿੱਗੀ ਹੈ, ਪਰ ਜਦੋਂ ਬੱਚੀ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਬੱਚੀ ਨਹੀਂ ਉੱਠਦੀ ਹੈ, ਤਾਂ ਫਿਰ ਉਸਨੂੰ ਹਸਪਤਾਲ ਲਿਜਾਇਆ ਜਾਂਦਾ ਹੈ, ਜਿੱਥੇ ਡਾਕਟਰਾਂ ਦੇ ਵੱਲੋਂ ਉਸਨੂੰ ਮ੍ਰਿਤ ਐਲਾਨ ਦਿੱਤਾ ਜਾਂਦਾ ਹੈ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਸਿਵਲ ਹੋਸਪਿਟਲ ਨੂੰ ਇਹ ਆਏ ਤੱਕ ਕਿ ਉਹਨੂੰ ਪੋਸਟ ਮਾਰਟਮ ਕਰਾਉਣਾ ਹੈ, ਹਮੇ ਤੋ ਇਸ ਬਾਤ ਕੀ ਉਹ ਸੰਕੇਤ ਨਹੀਂ ਥਾ ਕਿ ਪੋਸਟ ਮਾਰਟਮ। ਅਰੇ ਭਾਈ ਜੀ ਹਮ ਕਿਆ ਬੋਲੇ, ਹਮ ਮਾਰਕੀਟ ਗਏ ਥੇ ਬੱਚੋਂ ਕੀ ਤੀਤ ਕੀ ਸਮਾਨ ਕੇ ਲਿਏ ਮੀਨਾਕਸ਼ੀ। 10 ਪੂਰੇ ਹੋ ਗਏ ਤੇ 11 ਸਾਲ ਪੂਰੇ ਲੱਗਿਆ ਵਾ ਤੇ 4th ਕਲਾਸ 'ਚ ਪੜ੍ਹਦੀ ਸੀ ਇਹ। ਇਹ ਨਾ ਜਿਹੜੇ ਬੱਚੇ ਆਪਾਂ ਪ੍ਰਵਾਸੀ ਨੇ ਉਹ ਚੁੰਨੀ ਦਾ ਝੂਲਾ ਬਣਾ ਕੇ ਝੂਲਦੇ ਹੁੰਦੇ ਬੱਚੇ, ਉਹਦੇ ਵਿੱਚ ਲਪੇਟ 'ਚ ਆ ਗਈ ਇਹ ਅਤੇ ਇਹਦੀ CCTV ਦੇਖੀ ਸੀਗੀ ਅਸੀਂ। CCTV ਵਿੱਚ ਵੀ ਉਹੀ ਦਿਖ ਰਿਹਾ, ਉਹ ਚੁੰਨੀ ਦਾ ਵਿੱਚ ਲਪੇਟ 'ਚ ਆ ਗਈ ਹੈ। ਇੱਕ ਹਾਦਸਾ ਹੋਇਆ ਘਰੇ, ਜੇ ਕੋਈ ਨਹੀਂ ਸੀਗਾ ਇਹਨਾਂ ਦੇ ਉਸ ਟਾਈਮ, ਅਤੇ ਨਹੀਂ ਤਾਂ ਸ਼ਾਇਦ ਬੱਚੀ ਬਚ ਜਾਂਦੀ ਹੈ ਘਰੇ ਹੁੰਦਾ ਕੋਈ ਵੱਡਾ ਨਹੀਂ ਘਰੇ। ਛੋਟੇ ਬੱਚੇ ਸੀ ਉਹ, 2-2, 2.5-3 ਸਾਲ ਛੋਟੇ ਭੈਣ ਭਰਾ ਨੇ, ਸਭ ਤੋਂ ਵੱਡੀ ਸੀ ਇਹ ਅਤੇ ਮਦਰ ਫਾਦਰ ਉਹਦੇ ਵਾਸਤੇ ਤੀਆਂ ਦਾ ਫੰਕਸ਼ਨ ਸੀਗਾ ਕੁੜੀਆਂ ਦਾ ਦੂਸਰੇ ਦਿਨ ਗੁਜਰ ਖਾਨ ਸਕੂਲ ਦੇ ਵਿੱਚ, ਉਹਦੇ ਵਾਸਤੇ ਉਹ ਤੀਆਂ ਦਾ ਨਹੀਂ ਉਹ ਡੋਰੀ ਪਰਾਂਦੇ ਵਗੈਰਾ ਲੈਣ ਗਏ ਹੋਏ ਸੀਗੇ, ਉਹਦੇ ਵਾਸਤੇ ਉਹ ਮੰਗਵਾਏ ਸੀ ਬੱਚੀ ਨੇ ਦੂਸਰੇ ਦਿਨ ਫੰਕਸ਼ਨ ਲਈ। ਹਾਂਜੀ
ਨਹੀਂ, ਇੱਕ ਹਾਦਸਾ ਹੀ ਹੈ ਜੀ, ਹਾਦਸਾ ਹੀ ਕਹਿ ਸਕਦੇ ਆਪਾਂ ਨੂੰ। ਇਹ ਪਰਿਵਾਰ ਹੈਗਾ ਜੀ ਉੱਤਰਾਖੰਡ ਦਾ, ਅਤੇ ਇੱਥੇ 127 ਮਾਡਲ ਟਾਊਨ ਬੀ ਦੇ ਵਿੱਚ ਇਹ ਦੇਖ ਰੇਖ ਵਾਸਤੇ ਰੱਖੇ ਹੋਏ ਸੀਗੇ। ਹਾਂਜੀ, ਅਤੇ ਹਾਂਜੀ ਅੱਜ ਪੋਸਟਮਾਰਟਮ ਵੀ ਕਰਾ ਕੇ ਇਹਨਾਂ ਨੂੰ ਜੋ ਵੀ ਤੱਥ ਸਾਹਮਣੇ ਆਉਣਗੇ, ਅਤੇ ਡਾਕਟਰ ਸਾਹਿਬ ਦੀਆਂ ਅਸੀਂ ਬੋਰਡ ਮੰਗਿਆ ਸੀਗਾ, ਡਾਕਟਰ ਸਾਹਿਬ ਦਾ ਬੋਰਡ ਬਣ ਕੇ ਆ ਗਿਆ ਜੀ, ਅਤੇ ਹੁਣ ਪੋਸਟਮਾਰਟਮ ਤੋਂ ਬਾਅਦ ਇਹਨੂੰ ਡੈੱਡ ਬੋਡੀ ਦੇ ਹੈਂਡਓਵਰ ਕਰਦੇ ਹਾਂ। ਹਾਂਜੀ ਸਰ, ਸੀ ਟੀ ਵੀ ਹੈਗੀ ਆਈ ਹੈ ਸਾਹਮਣੇ ਜੀ, ਉਹਦੇ ਵਿੱਚ ਵੀ ਹਾਦਸਾ ਹੀ ਹੈ, ਇੱਕ ਇਹ ਹਾਦਸਾ ਹੀ ਕਹਿ ਸਕਦੇ ਜੀ।